ਤਸਵੀਰਾਂ ਅੰਮ੍ਰਿਤਸਰ ਦੇ ਨਿਊ ਗੋਲਡਨ ਐਵਨਿਊ ਦੀਆਂ ਹਨ, ਜਿੱਥੇ ਕਿ ਦੇਰ ਰਾਤ ਨੂੰ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਫੈਕਟਰੀ ਅਤੇ ਉਸਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚਿਆ ਕਰੀਬ 10 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਅਤੇ 3 ਘੰਟੇ ਤੱਕ ਅੱਗ ਲੱਗੀ ਰਹੀ। ਅੱਗ ਲੱਗਣ ਦੇ ਨਾਲ ਫੈਕਟਰੀ ਅਤੇ ਗੋਦਾਮ ਦੇ ਨਾਲ ਲੱਗਦੀ ਇੱਕ ਮੈਡੀਕਲ ਦੀ ਦੁਕਾਨ 'ਤੇ ਵੀ ਵੱਡਾ ਨੁਕਸਾਨ ਹੋਇਆ ਹੈ, ਪੂਰੀ ਦੁਕਾਨ ਸੜ ਕੇ ਸੁਆਹ ਹੋਈ ਹੈ। ਇਸੇ ਦੌਰਾਨ ਮਹੱਲਾ ਵਾਸੀਆਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਰਿਹਾਇਸ਼ੀ ਇਲਾਕੇ ਵਿੱਚ ਫੈਕਟਰੀ ਬਣਨ ਨਾਲ ਪੂਰੇ ਇਲਾਕੇ ਨੂੰ ਖਤਰਾ ਹੈ ਅਤੇ ਪੂਰਾ ਮੁਹੱਲਾ ਮੰਗ ਕਰਦਾ ਹੈ ਕਿ ਫੈਕਟਰੀ ਇਲਾਕੇ 'ਚੋਂ ਬਾਹਰ ਹੋਣੀ ਚਾਹੀਦੀ ਹੈ। ਉਹਦੇ ਦੂਸਰੇ ਪਾਸੇ ਮੈਡੀਸਨ ਦੀ ਦੁਕਾਨ 'ਤੇ ਕੰਮ ਕਰਨ ਵਾਲੀ ਲੜਕੀ ਨੇ ਦੱਸਿਆ ਕਿ ਫੈਕਟਰੀ ਦੇ ਵਿੱਚ ਅੱਗ ਲੱਗਣ ਨਾਲ ਉਹਨਾਂ ਦੀ ਦੁਕਾਨ ਦਾ ਵੀ ਵੱਡਾ ਨੁਕਸਾਨ ਹੋਇਆ ਹੈ ਅਤੇ ਪੂਰੀ ਦੁਕਾਨ ਸੜ ਕੇ ਸੁਆਹ ਹੋਈ ਹੈ। ਮੇਰਾ ਨਾਮ ਪ੍ਰਿਤਪਾਲ ਸਿੰਘ ਹੈ ਜੀ। ਵੀਰ ਜੀ, ਅੱਗ ਸਾਨੂੰ ਵੀ ਇੱਥੋਂ ਆਂਢ ਗੁਆਂਢ ਪਤਾ ਲੱਗਾ ਸੀ, ਅਸੀਂ ਜਸਟ ਖਾਣਾ ਖਾ ਰਹੇ ਸੀਗੇ ਅਤੇ ਉਹਨਾਂ ਨੇ ਆਣ ਕੇ ਦੱਸਿਆ ਕਿ ਵੀ ਇੱਥੇ ਅੱਗ ਬਹੁਤ ਜ਼ਿਆਦਾ ਭਿਅੰਕਰ ਲੱਗ ਗਈ ਹੈ ਅਤੇ ਅਸੀਂ ਫਟਾਫਟ ਬਾਹਰ ਨਿਕਲੇ, ਫਿਰ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ, ਉਹ ਗੱਡੀ ਤੰਗ ਗਲੀ ਹੋਣ ਕਰਕੇ ਇੱਧਰੋਂ ਦੀ ਆ ਨਹੀਂ ਸਕੀ, ਫਿਰ ਉਹਨਾਂ ਨੇ ਉੱਪਰੋਂ ਦੀ ਮਲਕੀ ਟਰਨ ਕਰਕੇ ਅਤੇ ਫਿਰ ਇੱਥੋਂ ਤੱਕ ਪਹੁੰਚੀ। ਅਤੇ ਜਸਟ ਇੱਥੇ ਇੱਕ ਮਲਕੀ ਇੱਕ ਰਿਹਾਇਸ਼ੀ ਏਰੀਆ ਹੈ, ਰਿਹਾਇਸ਼ੀ ਏਰੀਏ ਦੇ ਵਿੱਚ ਇੱਥੇ ਫੈਕਟਰੀਆਂ ਅਲੋਅ ਕਿੰਨੇ ਕੀਤੀਆਂ, ਇਹਦੇ ਪਿੱਛੇ ਕੌਣ ਆ ਮਾਸਟਰ ਮਾਈਂਡ? ਇਹ ਤਾਂ ਮਲਕੀ ਇਲਾਕੇ ਦੇ ਮਲਕੀ ਜਿਹੜੇ ਮੌਤ ਫਿਰ ਬੰਦੇ ਉਹਨਾਂ ਨੂੰ ਪੁੱਛਿਆ ਜਾਏ ਨਾ, ਅਸੀਂ ਕਾਰਪੋਰੇਸ਼ਨ ਦੇ ਵਿੱਚ ਸਵਾਲ ਚੁੱਕਾਂਗੇ। ਦੇਖੋ ਕੱਲ੍ਹ ਨੂੰ ਇਹ ਪਤਾ ਨਹੀਂ ਜੀ, ਇਹਨਾਂ ਦੇ ਕਹਿਣ ਦਾ ਮੁਤਾਬਕ ਇੱਥੇ ਕੋਈ ਕੈਮੀਕਲ ਦੀ ਲੈਬਸ ਹੈ, ਕੋਈ ਦਵਾਈ ਦੀਆਂ ਫੈਕਟਰੀਆਂ ਨੇ, ਕੋਈ ਕੀਪਤਾ ਅੰਦਰ ਕੋਈ ਫਰਦਰ ਕੋਈ ਮਲਕੀ ਕੈਮੀਕਲਸ ਹੈਗੇ ਨੇ ਜਿਹਦੇ ਨਾਲ ਅੱਗ ਇੰਨੀ ਫੈਲ ਗਈ ਹੈ। ਹੁਣ ਇਹ ਨਹੀਂ ਪਤਾ ਲੱਗਾ ਇੱਧਰ ਫੈਲੀ ਹੈ ਜਾਂ ਉੱਧਰੋਂ ਫੈਲੀ ਹੈ। ਦੇਖੋ ਇੱਕ ਰਿਹਾਇਸ਼ੀ ਏਰੀਆ, ਉਹਨਾਂ ਦੇ ਨਾਲ ਮੈਲਟ ਹੋ ਰਹੀ ਹੈ, ਮਲਕੀ ਬਾਰੀ ਦੇ ਨਾਲ ਜਿੰਨੀ ਵੀ ਸਟੀਮ ਕਰਕੇ ਹੀਟ ਕਰਕੇ ਇੰਨੀ ਮੈਲਟ ਬਾਰੀ ਹੋ ਗਈ, ਉਹਨਾਂ ਦਾ ਸਾਰਾ ਪਲਾਸਟਿਕ ਵਗੈਰਾ ਜਿਹੜੀ ਬਾਰੀ ਦੇ ਉੱਤੇ ਲੱਗਾ ਸੀ ਉਹ ਪਿਘਲ ਰਿਹਾ। ਆਰ ਐਲ ਵਾਲੇ ਦੇ ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਭਾਅ ਜੀ ਉਹਨਾਂ ਦੇ। ਉਹ ਦੇਖੋ ਸਾਨੂੰ ਨਹੀਂ ਪਤਾ, ਅਸੀਂ ਸਾਨੂੰ ਇੱਥੇ ਰਹਿੰਦੇ ਹਾਂ 5-7 ਸਾਲ ਹੋ ਗਏ, 10 ਸਾਲ ਅੱਗ ਲੱਗੀ ਨੂੰ, ਜਸਟ ਮੇਰਾ ਖਿਆਲ 8 ਵਜੇ ਦੀ ਅੱਗ ਲੱਗੀ ਹੋਈ ਹੈ। ਅਤੇ ਮਲਕਿ ਇਹ ਹੌਲੀ ਹੌਲੀ ਆਪਣੇ ਇਲਾਕੇ ਵਾਲੇ ਇਕੱਠੇ ਹੋ ਰਹੇ ਨੇ, ਇਹਨਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਤੱਕ ਅਪਰੋਚ ਕੀਤੀ, ਅਪਰੋਚ ਕਰਕੇ ਉਹਨਾਂ ਨੇ ਮਲਕਿ ਇੱਥੇ ਆਉਣ ਲੱਗਿਆ ਉਹਨਾਂ ਨੂੰ, ਦੇਖੋ ਇਲਾਕਾ ਤੰਗ ਹੋਣ ਕਰਕੇ ਉਹਨਾਂ ਨੂੰ ਆਉਣ ਲੱਗਿਆ ਵੀ ਬੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਅਤੇ ਹੁਣ ਦੇਖੋ ਉਹ ਕਾਫੀ ਸਾਰੇ ਇਲਾਕੇ ਦੇ ਲੋਕ ਇਕੱਠੇ ਹੋ ਕੇ, ਦੇਖੋ ਜਦੋਂ ਨੁਕਸਾਨ ਹੁੰਦਾ ਆ ਉਹਦੇ ਵਿੱਚ ਦੇਖੋ ਆਪਾਂ ਇੱਕ ਦੂਜੇ ਦੇ ਸਾਰੇ ਅੰਗ ਸੰਗ ਆ, ਕਿਸੇ ਦੇ ਦੁੱਖ ਦੇ ਵਿੱਚ ਸਾਨੂੰ ਸ਼ਰੀਕ ਹੋਣਾ ਪੈਂਦਾ ਆ ਸਾਡਾ। ਅਤੇ ਸਾਨੂੰ ਇਹ ਅਸੀਂ ਦੇਖੋ ਉੱਪਰ ਟੈਰਿਸ 'ਤੇ ਚੜ ਕੇ ਦੇਖੋ, ਮਲਕਿ ਲੋਕ ਪਾਣੀ ਦੀਆਂ ਬਾਲਟੀਆਂ ਪਾ ਰਹੇ ਨੇ, ਸਾਰਾ ਕੁਛ ਕਰ ਰਹੇ ਨੇ, ਟੋਟਲ ਮਲਕਿ ਆਲ ਓਵਰ ਲੱਗੇ ਹੋਏ, ਸਾਰਾ ਇਲਾਕਾ ਲੱਗਿਆ। ਦੇਖੋ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਨਾ ਕਿਸੇ ਦਾ ਦੁੱਖ ਕੱਟਿਆ ਜਾਂਦਾ। ਨਾਲ ਦੀ ਮਿਲਟਨ ਵਾਲੀ ਫੈਕਟਰੀ ਨੂੰ ਅੱਗ ਲੱਗੀ, ਉਸ ਤੋਂ ਬਾਅਦ ਸਾਡੇ ਆਫਿਸ ਵਿੱਚ ਅੱਗ ਲੱਗੀ ਮਿਲਟਨ ਵਾਲਿਆਂ ਦੀ। ਪਲਾਸਟਿਕ ਆ, ਪਲਾਸਟਿਕ ਦਾ ਅੱਗ ਬਹੁਤ ਜਲਦੀ ਫੜਦੀ ਹੈ। ਹਾਂਜੀ ਬਸ ਕੋਈ ਮੰਗ ਨਹੀਂ, ਕੁਛ ਹੋ ਹੀ ਨਹੀਂ ਸਕਦਾ। ਮੇਰਾ ਨਾਮ ਭੁਪਿੰਦਰਜੀਤ ਸਿੰਘ ਹੈ, ਅਸੀਂ ਸਾਹਮਣੇ ਘਰ ਦੇ ਵਿੱਚ ਰਹਿਣ ਵਾਲੇ ਹਾਂ ਸਰ। ਇਹ ਸਰ ਮੈਂ ਅਸੀਂ ਤਾਂ ਬਾਹਰ ਸੀਗੇ, ਸਾਨੂੰ ਲਾਗੇ ਆਏ ਇਹ ਘਰ ਵਾਲਿਆਂ ਨੇ ਉਠਾਇਆ ਕਿ ਸਾਹਮਣੇ ਅੱਗ ਲੱਗ ਗਈ ਹੈ। ਅਸੀਂ ਇਮੀਡੀਏਟਲੀ ਇੱਥੇ ਪਹੁੰਚੇ, ਆਂਢੀਆਂ ਗੁਆਂਢੀਆਂ ਸਾਰਿਆਂ ਨੂੰ ਦੱਸਿਆ
ਕਿ ਭਾਈ ਸਾਹਿਬ ਇੱਥੇ ਅੱਗ ਲੱਗ ਗਈ ਹੈ। ਨਹੀਂ ਕਾਰਨ ਦਾ ਸਰ ਸਾਨੂੰ ਕੋਈ ਪਤਾ ਨਹੀਂ ਲੱਗਾ ਸਰ। ਇਹ ਤਾਂ ਸਰ ਇਹ ਤਾਂ ਕਾਫੀ ਦੇਰ ਤੋਂ ਹੈ, ਇਹ ਤਾਂ ਹਾਂਜੀ ਇਹ 10-15 ਸਾਲ ਤੋਂ ਚੱਲ ਰਹੀ ਹੈ, 15-20 ਸਾਲ ਤੋਂ। ਨਹੀਂ ਇਹ ਪਹਿਲੀ ਵਾਰੀ ਹੋਇਆ ਜੀ, ਪਹਿਲੇ ਸਰ ਇਹ ਜਾਨੀ ਨੁਕਸਾਨ ਹੋ ਸਕਦਾ ਸੀ ਜੇ ਮਹਿਕਮਾ ਨਾ ਟਾਈਮ 'ਤੇ ਪਹੁੰਚਦਾ। ਅਤੇ ਇਹ ਤਾਂ ਸਾਰਿਆਂ ਨੇ ਬਹੁਤ ਜ਼ੋਰ ਲਾਇਆ ਕਿ ਮਹਿਕਮੇ, ਅਸੀਂ ਘੱਟੋ ਘੱਟ ਅਸੀਂ ਸਾਰਿਆਂ ਨੇ ਫੋਨ ਕੀਤੇ, ਇਹਨਾਂ ਨੇ ਫੋਨ ਕੀਤੇ, ਸਾਰਿਆਂ ਨੇ ਫੋਨ ਕੀਤੇ ਕਿ ਭਾਈ ਸਾਹਿਬ ਪਹੁੰਚੋ। ਦੇਖੋ ਨਾ ਤੁਸੀਂ ਅੱਗ ਹੈ, ਕਿੰਨੀ ਦੇਰ ਤੋਂ ਮਹਿਕਮਾ ਕੰਟਰੋਲ ਕਰ ਰਿਹਾ, ਤਾਂ ਵੀ ਕੰਟਰੋਲ ਨਹੀਂ ਹੋ ਪਾ ਰਹੀ। ਬਾਲਟੀਆਂ ਨੇ ਕਿੰਨੀ ਕੰਟਰੋਲ ਹੋ ਜਾਏਗੀ, ਉਹ ਦੇਖੋ ਘਰ 'ਚ ਕਿੰਨੀਆਂ ਬਾਲਟੀਆਂ ਭਰ ਕੇ ਰੱਖੀਆਂ ਹੋਈਆਂ ਨੇ, ਉਹਦੇ ਨਾਲ ਕੰਟਰੋਲ ਹੋ ਨਹੀਂ ਸਕਦੀ ਨਾ ਸਰ। ਭਾਅ ਜੀ ਮੈਂ ਜਗਮੋਹਨ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।